अगर किसी नूं स्ट्रेस एंग्जाइटी की वजह तो डायबिटीज़ आया सी रिवर्स हो सकता है। पर 90% लोग ऐसे होंगे जिन्हें डिप्रैशन होंदा ही नहीं है। एक्चुअल जो डिप्रैशन के मरीज होंगे हैं वो तो दीवारों से सिर मारते हैं, उन्होंने तो अखा इदा करके घूमती हैं। जड़ियाँ चीज़ा माइंड तो रिलेटिड ने, फीयर है, फोबिया है, स्ट्रैस है, एंगजाइटी है, किसी तरीके का डर है, सिर्फ उ लोग सू कॉल कर। जिन मेरे एक स्टूडेंट है अनिल सकलानी पेशेंट सके जिन्हों का न्यूरो का ऑपरेशन होया और उन्हों का कोड बंद हो गया और जिन्होंने लग्या वो खुद एक डॉक्टर है। ध्यान नाल सुनियो ये स्टोरी दस रहे हैं जिन्हों की वोकल कॉर्ड्स बंद हो गई थी। उन्होंने 5 मिनट की थेरेपी दी एंड शी स्टार्टेड स्पीकिंग। किदा अपने अंदर के जो डर ने वो कढ़ने हैं आप सिखा रहे हो। क्या नॉर्मल एंगजाइटी स्ट्रैस फीयर फोबियाज ने यह विद इन अ डे भी खत्म किए जा सकते हैं। ਤੁਹਾਡਾ ਕੋਈ ਆਪਣਾ ਪਰਸਨਲ ਐਕਸਪੀਰੀਅੰਸ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਕਿਉਰ ਕੀਤਾ ਹੋਏ? ਮੈਡਮ ਮੈਂ ਆਪਣਾ ਖੁਦ ਦਾ ਟਿਊਮਰ ਰਿਜ਼ੋਲਵ ਕੀਤਾ। ਹਿਪਨੋਟਿਜ਼ਮ ਦੀ ਟੈਕਨੀਕ ਦੇ ਨਾਲ ਟਿਊਮਰ ਵਰਗੀ ਵੱਡੀ ਵੱਡੀ ਪ੍ਰੋਬਲਮਸ ਵੀ ਠੀਕ ਹੋ ਸਕਦੀਆਂ ਨੇ। ਅਗਰ ਕਿਸੇ ਨੂੰ ਸਟ੍ਰੈਸ ਐਂਗਜ਼ਾਇਟੀ ਦੀ ਵਜ੍ਹਾ ਤੋਂ ਡਾਇਬੀਟੀਜ਼ ਆਇਆ ਸੀ ਰਿਵਰਸ ਹੋ ਸਕਦਾ। ਅਗਰ ਅਗਰ ਉਹ ਜੈਨੇਟਿਕ ਨਾ ਹੋ ਕੇ ਸਾਈਕੋਸੋਮੈਟਿਕ ਹੈ ਤੇ ਯੂ ਆਰ ਸੇਇੰਗ ਅ ਵੈਰੀ ਬਿਗ ਸਟੇਟਮੈਂਟ ਹੈ, ਬਹੁਤ ਵੱਡੀ ਸਟੇਟਮੈਂਟ ਹੈ। ਤੁਸੀਂ ਕਹਿ ਰਹੇ ਹੋ ਕਿ ਰਿਵਰਸ ਹੋ ਸਕਦਾ ਅਗਰ ਉਹ ਸਾਈਕੋਲੋਜੀਕਲ ਹੋਇਆ। ਅਗਰ ਉਹ ਸਾਈਕੋਲੋਜੀਕਲ ਹੋਇਆ ਤੇ ਕੋਈ ਵੀ ਪ੍ਰੋਬਲਮ ਰਿਜ਼ੋਲਵ ਹੋ ਸਕਦੀ ਹੈ। ਅਗਰ ਕਿਸੇ ਇਨਸੀਡੈਂਸ ਦੀ ਵਜ੍ਹਾ ਤੋਂ ਆਈ ਹੈ, ਡਜ਼ਨਟ ਮੈਟਰ ਉਹ ਟਿਊਮਰ ਹੈ, ਡਜ਼ਨਟ ਮੈਟਰ ਉਹ ਕੈਂਸਰ ਹੈ, ਡਜ਼ਨਟ ਮੈਟਰ ਉਹ ਕਿਸੇ ਵੀ ਤਰੀਕੇ ਦੀ ਬਾਇਓਲੋਜੀਕਲ ਇਟ ਇਜ਼ ਨਾਟ ਜੈਨੇਟਿਕ। ਮਤਲਬ ਅਗਰ ਜੈਨੇਟਿਕ ਨਹੀਂ ਹੈ ਤੇ ਰਿਜ਼ੋਲਵ ਹੋ ਸਕਦੀ ਹੈ। ਮੈਂ ਤੁਹਾਨੂੰ ਇੱਕ ਰੀਸੈਂਟ ਇੰਸੀਡੈਂਟ ਸ਼ੇਅਰ ਕਰਾਂ। ਹਾਂਜੀ ਪਲੀਜ਼। ਸਾਡੇ ਇੱਕ ਸਟੂਡੈਂਟ ਹੈ, ਉਹਨਾਂ ਦਾ ਨਾਮ ਹੈ ਅਨਿਲ ਸਕਲਾਨੀ, ਕਿਉਂਕਿ ਮੈਂ ਕੁਝ ਲੋਕਾਂ ਨੂੰ ਸਿਖਾਉਂਦਾ ਵੀ ਹਾਂ ਜੋ ਸੋਸ਼ਲੀ ਕੰਮ ਕਰਨਾ ਚਾਹੁੰਦੇ। ਇੱਕ ਪੇਸ਼ੈਂਟ ਸੀਗੇ ਜਿਨ੍ਹਾਂ ਦਾ ਨਿਊਰੋ ਦਾ ਆਪਰੇਸ਼ਨ ਹੋਇਆ ਔਰ ਉਹਨਾਂ ਦਾ ਕੋਡ ਬੰਦ ਹੋ ਗਿਆ, ਵੋਕਲ ਕੋਡ ਬੰਦ ਹੋ ਗਿਆ ਜੀ। ਇੱਥੇ ਲਕਵਾ ਲੱਗ ਗਿਆ, ਠੀਕ ਹੈ, ਔਰ ਜਿਹਨੂੰ ਉਹਨੂੰ ਲੱਗਿਆ ਉਹ ਖੁਦ ਇੱਕ ਡਾਕਟਰ ਹੈ। ਧਿਆਨ ਨਾਲ ਸੁਣਿਓ ਇਹ ਸਟੋਰੀ ਦੱਸ ਰਹੇ ਨੇ ਜਿਨ੍ਹਾਂ ਦੀ ਵੋਕਲ ਕੋਰਡਸ ਬੰਦ ਹੋ ਗਈ ਸੀਗੀ, ਠੀਕ ਹੈ। ਹੁਣ ਮੈਂ ਸਾਈਕੋਸੋਮੈਟਿਕ ਦੀ ਗੱਲ ਕਰ ਰਿਹਾ ਸਿਰਫ, ਠੀਕ ਹੈ, ਕਿ ਮਾਈਂਡ ਕਿੱਦਾਂ ਬੈਰੀਕੇਡ ਲਾ ਦਿੰਦਾ ਤੇ ਉਹ ਬੈਰੀਕੇਡ ਹਟ ਸਕਦੇ ਆ, ਤੇ ਉਹਨਾਂ ਦਾ ਵੋਕਲ ਕੋਡ ਬੰਦ ਹੋ ਗਿਆ, ਠੀਕ ਹੈ। ਡਾਕਟਰ ਸੈਡ ਕਿ ਬੋਲ ਤੇ ਜ਼ਿੰਦਗੀ 'ਚ ਕਦੀ ਪਾਣ ਗਈ ਨਹੀਂ। ਡਾਕਟਰ ਨੇ ਕਿਹਾ ਕਿ ਉਹ ਕਦੀ ਜ਼ਿੰਦਗੀ 'ਚ ਬੋਲ ਨਹੀਂ ਪਾਣਗੇ, 18 ਲੱਖ ਰੁਪਏ ਦਾ ਇੱਕ ਇੰਜੈਕਸ਼ਨ ਲੱਗਿਆ ਕਰੇਗਾ ਹਰ ਤੀਸਰੇ ਮਹੀਨੇ, ਜਿਹਦੇ ਨਾਲ ਇਹ ਲਕਵਾ ਪੂਰੀ ਬਾਡੀ 'ਚ ਨਹੀਂ ਜਾਏਗਾ। ਬੋਲਤੇ ਪਾਣਗੇ ਨਹੀਂ ਔਰ ਫੂਡ ਪਾਈਪ ਤੋਂ ਖਾਣਾ ਖਾਣਗੇ। ਰੀਅਲ ਇੰਸੀਡੈਂਸ ਹੈ। ਔਰ ਜਿਹਨਾਂ ਨੂੰ ਇਹ ਹੋਇਆ ਉਹ ਖੁਦ ਡਾਕਟਰ ਹੈ, ਜਿਸ ਲੇਡੀ ਨੂੰ ਇਹ ਹੋਇਆ ਉਹ ਖੁਦ ਡਾਕਟਰ ਹੈ, ਠੀਕ ਹੈ। ਅਤੇ ਉਹਨਾਂ ਦੀ ਫੈਮਿਲੀ, ਉਹਨਾਂ ਨੇ ਇੰਜੈਕਸ਼ਨ ਲਗਵਾ ਲਿਆ, ਠੀਕ ਹੈ, ਔਰ ਉਹ ਹੋਪਲੈਸ ਹੋ ਗਏ ਸੀਗੇ। ਅਤੇ ਜਿਨ ਮੇਰੇ ਇੱਕ ਸਟੂਡੈਂਟ ਹੈ ਅਨਿਲ ਸਕਲਾਨੀ, ਉਹਨਾਂ ਦੇ ਹੀ ਡੈਲੀ ਰਹਿੰਦੇ ਉਹ ਵੀ, ਅਤੇ ਉੱਥੇ ਗਏ ਅਤੇ ਜੋ ਅਸੀਂ ਟੈਕਨੀਕ ਸਿਖਾਉਂਦੇ ਹਾਂ ਮਾਇੰਡ ਨੂੰ ਰਿਲੈਕਸ ਕਰਨ ਦੀ, ਸਾਡੇ ਕੋਲ ਕੋਈ ਦੈਵੀ ਸ਼ਕਤੀ ਨਹੀਂ ਹੈ, ਤਾਂ ਹੁਣ ਇਹ ਵੀਡੀਓ ਦੇਖ ਕੇ ਕੋਈ ਮੇਰੇ ਕੋਲ ਇਹ ਕਹਿਣ ਵਾਸਤੇ ਨਾ ਆ ਜਾਣਾ ਕਿ ਸਾਡਾ ਵੀ ਗਲਾ ਨਹੀਂ ਚੱਲਦਾ, ਠੀਕ ਹੈ। ਕਈ ਲੋਕ ਫਿਰ ਮੈਨੂੰ ਫੋਨ ਕਰਕੇ ਕਹਿੰਦੇ ਭਾਅ ਜੀ ਹਰਨੀਆਂ ਦਾ ਇਲਾਜ ਹੈ, ਭਾਅ ਜੀ ਨਹੀਂ ਹੈ। ਜਿਹੜੀਆਂ ਚੀਜ਼ਾਂ ਮਾਇੰਡ ਤੋਂ ਰਿਲੇਟਡ ਨੇ, ਫੀਅਰ ਹੈ, ਫੋਬੀਆ ਹੈ, ਸਟ੍ਰੈਸ ਹੈ, ਐਂਗਜ਼ਾਇਟੀ ਹੈ, ਕਿਸੇ ਤਰੀਕੇ ਦਾ ਡਰ ਹੈ, ਸਿਰਫ ਉਹੀ ਲੋਕ ਸਾਨੂੰ ਕਾਲ ਕਰਨ ਦੀ ਹੈ। ਸੋ ਵਟ ਹੈਪਨ ਕਿ ਸਾਡੇ ਜਿਹੜੇ ਸਟੂਡੈਂਟ ਹੈ ਉਹਨਾਂ ਨੇ 5 ਮਿੰਟ ਦੀ ਥੈਰੇਪੀ ਦਿੱਤੀ। ਕਿੰਨੇ ਮਿੰਟ ਦੀ? 5 ਮਿੰਟ ਦੀ। 5 ਮਿੰਟਸ ਦੀ। ਐਂਡ ਸ਼ੀ ਸਟਾਰਟਡ ਸਪੀਕਿੰਗ ਵਿਦ ਇਨ 5 ਮਿੰਟਸ। ਉਹ ਵਾਪਸ ਬੋਲਣਾ ਸ਼ੁਰੂ ਹੋ ਗਈ। ਯੂ ਵਾਂਟ ਬਿਲੀਵ ਕਿ ਉਹਨਾਂ ਦੇ ਬੱਚੇ ਇੰਨੇ ਜ਼ਿਆਦਾ ਖੁਸ਼ ਹੋਏ, ਉਹ ਬੋਲਣਾ ਸਟਾਰਟ ਹੋ ਗਈ, ਫੂਡ ਪਾਈਪ ਤੋਂ ਖਾਣਾ ਖਾ ਰਹੀ ਸੀ। 3rd ਡੇ ਉਹਨਾਂ ਨੇ ਆਪਣਾ ਫੂਡ ਪਾਈਪ ਨਿਕਲਵਾ ਦਿੱਤਾ ਐਂਡ 5th ਡੇ ਸ਼ੀ ਇਜ਼ ਅ ਡਾਕਟਰ। ਉਹ ਆਪਣੇ ਹੋਸਪਿਟਲ ਪਹੁੰਚ ਕੇ ਉਹਨਾਂ ਨੇ ਆਪਣਾ ਰੂਟੀਨ ਕੰਮ ਸ਼ੁਰੂ ਕਰਤਾ ਸੀਗਾ। ਇਹ ਸਾਡਾ ਬਹੁਤ ਵੱਡਾ ਮਿਰੇਕਲ ਰਿਹਾ। ਓ ਮਾਈ ਗੋਡ, ਇਟਸ ਇਹ ਬਹੁਤ ਵੱਡੀ ਚੀਜ਼ ਹੈ ਕਿ ਕੋਈ ਬੰਦਾ ਜਿਹਦੇ ਦੀ ਵੋਕਲ ਕੋਰਡਸ, ਜਿਨ੍ਹਾਂ ਦੀ ਵੋਕਲ ਕੋਰਡਸ ਨੂੰ ਡਾਕਟਰ ਨੇ ਆਪ ਮਨਾ ਕਰ ਦਿੱਤਾ ਸੀਗਾ ਥਰੂ ਮੈਂਟਲ ਸਾਈਕੋਲੋਜੀਕਲ ਪ੍ਰੋਬਲਮਸ ਦੇ ਥਰੂ ਉਹਨਾਂ ਨੇ ਇਹਨਾਂ ਨੂੰ ਰਿਜ਼ੋਲਵ ਕਰਾਤਾ। ਆਈ ਥਿੰਕ ਇਟਸ ਅ ਗ੍ਰੇਟ ਅਚੀਵਮੈਂਟ। ਇਟਸ ਗ੍ਰੇਟ। ਔਰ ਮੈਂ ਤੁਹਾਨੂੰ ਉਹ ਪੂਰਾ ਪ੍ਰੋਸੈਸ ਵੀ ਦੇ ਸਕਦਾ ਵਾਂ। ਜਿਹਨੂੰ ਹਲਕੀ ਜਿਹੀ ਵੀ ਟੈਨਸ਼ਨ ਹੈ ਨਾ, ਉਹ ਕਹਿੰਦਾ ਮੈਨੂੰ ਡਿਪਰੈਸ਼ਨ ਹੈ। ਪਰ 90% ਲੋਕ ਐਸੇ ਹੁੰਦੇ ਆ ਜਿਨ੍ਹਾਂ ਨੂੰ ਡਿਪਰੈਸ਼ਨ ਹੁੰਦਾ ਹੀ ਨਹੀਂ ਹੈ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਡਿਪਰੈਸ਼ਨ ਹੈ। ਐਕਚੁਅਲ 'ਚ ਜਿਹੜੇ ਡਿਪਰੈਸ਼ਨ ਦੇ ਮਰੀਜ਼ ਹੁੰਦੇ ਆ ਉਹ ਤਾਂ ਦੀਵਾਰਾਂ 'ਚ ਸਿਰ ਮਾਰਦੇ ਆ, ਉਹਨਾਂ ਦੀ ਤਾਂ ਅੱਖਾਂ ਇੱਦਾਂ ਦਾ ਕਰਕੇ ਘੁੰਮਦੀਆਂ। ਤੁਹਾਡਾ ਕੋਈ ਆਪਣਾ ਪਰਸਨਲ ਐਕਸਪੀਰੀਅੰਸ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਕਿਉਰ ਕੀਤਾ ਹੋਏ? ਮੈਡਮ ਮੈਂ ਆਪਣਾ ਖੁਦ ਦਾ ਟਿਊਮਰ ਰਿਜ਼ੋਲਵ ਕੀਤਾ। ਓ ਰੀਅਲੀ? ਜੀ। ਹਾਊ ਡਿਡ ਯੂ ਡਿਡ ਦੈਟ? ਤੁਸੀਂ ਕਿਵੇਂ ਕੀਤਾ ਉਹ? ਇਟਸ ਅ ਪ੍ਰੋਸੈਸ। ਬਰੀਦਿੰਗ ਐਕਸਰਸਾਈਜ਼ ਕਰੋ, ਕੰਮ ਕਰਦੀ ਹੈ। ਕੋਈ ਕਹਿੰਦਾ ਤੁਸੀਂ ਕੁੰਡਲੀਨੀ ਜਾਗਰਣ ਕਰੋ, ਕੰਮ ਕਰਦਾ। ਕੋਈ ਕਹਿੰਦਾ ਵਿਪਾਸ਼ਨਾ ਕਰੋ, ਕੰਮ ਕਰਦਾ। ਉਹ ਹਰ ਪੈਟਰਨ ਜਿਹਦੇ ਨਾਲ ਤੁਸੀਂ ਆਪਣਾ ਮਾਇੰਡ ਸ਼ਾਂਤ ਕਰ ਲੈਂਦੇ ਹੋ ਨਾ, ਜਦ ਸ਼ਾਂਤ ਕਰ ਲੈਂਦੇ ਹੋ ਤਾਂ ਸਬਕੌਂਸ਼ੀਅਸ ਦਾ ਐਕਸੈਸ ਮਿਲ ਜਾਂਦਾ ਹੈ, ਔਰ ਜਦ ਐਕਸੈਸ ਮਿਲ ਜਾਂਦਾ ਨਾ, ਉਸ ਤੋਂ ਬਾਅਦ ਤੁਸੀਂ ਆਪਣੇ ਅੰਦਰ ਖੁਸ਼ੀ ਵੀ ਪਾ ਸਕਦੇ ਹੋ,
अपने अंदर तुसीं ग्रोथ भी पा सकते हो, अपने अंदर तुसीं जड़ा भी पॉजिटिव इमोशन लेके आना चाहे वो पा सकते हो। और हिप्नोटिज्म भी एक ऐसा प्रोसेस है जिदे थ्रू असीं सबकॉन्शियस का एक्सेस लेने हैं, पर मेडिटेशन तो बहुत ज़्यादा फास्ट करते हैं असीं। असीं कई लोगों नूं माइंड किदां रिलैक्स करना है, किदां अपने अंदर खुशी लेके आनी है, किदां कॉन्फिडेंस लेके आना है, किदां अपने अंदर के जिहड़े डर ने वो कढ़ने हैं, आप सिखा रहे हैं। जो लोग साडा ईवेंट 14 अप्रैल नूं अटेंड करना चाहन, वो इसी पोस्ट के नीचे तुहानूं साडा रजिस्ट्रेशन लिंक मिल जाएगा। तुसीं लिंक के थ्रू डायरैक्टली भी रजिस्टर कर सकते हो और फोन नंबर पर भी कॉल करके अपनी सीट बुक करा सकते हो।